ਇਹ ਬੜੀ ਵਧੀਆ ਚੀਜ਼ ਹੈ। ਤੁਹਾਨੂੰ ਇੱਕ ਪਲਾਸਟਿਕ ਬੋਟਲ, ਸਾਈਕਲ ਦੀਆਂ ਸਪੋਕ, ਮੋਤੀ ਅਤੇ ਰੰਗੀਨ ਟੇਪ ਦੀ ਲੋੜ ਪਏਗੀ। ਸਾਰੀ ਬੋਟਲ 'ਤੇ ਸਪਾਇਰਲ ਬਣਾ ਲਵੋ ਨੀਲੇ ਮਾਰਕਰ ਨਾਲ, ਅਤੇ ਫਿਰ ਸਪਾਇਰਲ ਦੇ ਨਾਲ ਨਾਲ ਕੱਟ ਲਵੋ। ਬੋਟਲ ਨੂੰ ਘੁਮਾ ਕੇ ਦੇਖੋਗੇ ਤਾਂ ਤੁਹਾਨੂੰ ਸਪਾਇਰਲ ਦਿਖੇਗਾ। ਹੁਣ ਲਾਲ ਰੰਗ ਦੇ ਮਾਰਕਰ ਨਾਲ ਹੋਰ ਸਪਾਇਰਲ ਬਣਾਓ, ਜੋ ਕਿ ਪਹਿਲੇ ਵਾਲੇ ਨੀਲੇ ਮਾਰਕਰ ਦੇ ਬਿਲਕੁਲ ਕੋਲ ਹੋਣ, ਨਾਲ ਨਾਲ ਹੋਣ। ਛੋਟੇ ਛੋਟੇ ਫਲੈਪ ਪੂਰੇ ਸਪਾਇਰਲ ਉੱਤੇ ਕੱਟੋ। ਇਹ ਫਲੈਪ ਬਲੇਡ ਦੀ ਤਰ੍ਹਾਂ ਕੰਮ ਕਰਨਗੇ ਅਤੇ ਬੋਟਲ ਨੂੰ ਘੁਮਾਉਣ ਵਿੱਚ ਮਦਦ ਕਰਨਗੇ। ਫਲੈਪਸ ਨੂੰ ਉੱਪਰ ਝੁੱਟ ਲਵੋ ਤਾਂ ਕਿ ਉਹ ਬੋਟਲ ਦੇ ਐਂਗਲ 'ਤੇ ਹੋਣ, ਅਤੇ ਇਹਨਾਂ ਵਿੱਚ ਫਲੈਪਸ ਬਹੁਤ ਸਾਰੇ ਇੱਕ ਸਾਰ ਹੋਣਗੇ। ਇਹ ਗੈਪਸ ਨੂੰ ਰੰਗੀਨ ਟੇਪ ਨਾਲ ਟੇਪ ਕਰ ਦਿਓ। ਇਸ ਨਾਲ ਸਰਫੇਸ ਏਰੀਆ ਵੀ ਵੱਧ ਜਾਏਗਾ ਅਤੇ ਕੰਮ ਕਰਨ ਦੀ ਸ਼ਮਤਾ ਵੀ ਬਲੇਡਸ ਦੀ ਵੱਧ ਜਾਏਗੀ। ਮੋਤੀ ਪਾਓ ਢੱਕਣ ਅਤੇ ਬੋਤਲ ਦੀ ਬੇਸ ਵਿੱਚ। ਸਾਈਕਲ ਦੀ ਤਾਰ ਅਤੇ ਮੋਤੀ ਦੋਨੋਂ ਸਿਰੇ ਤੋਂ ਬੁਣੋ। ਇਹ ਮੋਤੀ ਆਕਰਸ਼ਣ ਜ਼ਿਆਦਾ ਪੈਦਾ ਹੋਣ ਤੋਂ ਬਚਾਉਣ ਲਈ ਬੋਟਲ ਨੂੰ ਪੱਖੇ ਥੱਲੇ ਬਚਾਉਣ ਲਈ ਹਨ। ਬੋਟਲ ਨੂੰ ਪੱਖੇ ਥੱਲੇ ਰੱਖੋ, ਤੁਸੀਂ ਦੇਖੋਗੇ ਕਿ ਬਲੇਡ ਕਿੰਨੀ ਸੋਹਣੀ ਤਰ੍ਹਾਂ ਘੁੰਮਣਗੇ।